ਦੇਖਿਆ ਦਿਨ ਸ਼ਾਮਾ ਲਿਓ ਮੈਂ ਪਿਆਸਾ ਜਿਹੜੇ ਮਾਤਮੀ ਆਏ ਬੈਠੇ ਨਾ ਆਜ਼ਾਦਾ ਰੋ ਸਦਾ ਦਾ ਬੁਲੰਦ ਹੋਣਾਈ ਉਲਫਾਂ ਦੀਆਂ ਗੋਡੀਆਂ ਜ਼ਮੀਨ ਤੇ ਵੰਜ ਲੱਗੀਆਂ ਨਾ ਜਿਹਦੇ ਕੋਲ ਤਲਵਾਰ ਆਈ ਤਲਵਾਰ ਢਹਿ ਪਈ ਜਿਹਦੇ ਕੋਲ ਮੇਜ਼ ਆਈ ਮੇਜ਼ ਢਹਿ ਪਿਆ ਜਿਹਦੇ ਕੋਲ ਗੋਲਦ ਆਈ ਗੋਲਦ ਢਹਿ ਪਿਆ ਫੌਜਾਂ ਚ ਰੋਣ ਦੀਆਂ ਆਵਾਜ਼ਾਂ ਬੁਲੰਦ ਹੋਈਆਂ ਇੱਕ ਬੈਨ ਵਾਦਨ ਹਯਾ ਕਰੋ ਬੱਚੇ ਕੋਈ ਬਾਲਾ ਪੀਵਣ ਕਰੋ ਮਾਤਮ ਅਲੀ ਦੀਆਂ ਧੀਆਂ ਨਾ ਕੁਰਲਾ ਕਰੋ ਅਜ਼ਾਦਾਰੋ ਬੱਚੇ ਕੋਈ ਬਾਲਾ ਪੀਵਣ ਬਾਬਾ ਜੀ ਇਹ ਜੁਮਲਾ ਮੈਂ ਆਪਣੀਆਂ ਮਾਵਾਂ ਭੈਣਾਂ ਮੁਰਸ਼ਦਾ ਦੀਆਂ ਵਾਸਤੇ ਮਰਦ ਨਹੀਂ ਮਸਤੂਰਾ ਸਮਝ ਰਹੀਆਂ ਬੱਚਾ ਕਿਤਨਾ ਪਾਣੀ ਪੀਂਦਾ ਗਿਲਾਸਾਂ ਨਾਲ ਨਹੀਂ ਮਾਂ ਪਿਆਲੇ ਪਾਣੀ ਲੈਂਦੀ ਬਾਬਾ ਜੀ ਦੋ ਉਂਗਲੀਆਂ ਡੋਬ ਕੇ ਲੱਭਾਂ ਤੇ ਲੈਂਦੀ ਹੈ ਬੱਚੇ ਦੀ ਪਿਆਸ ਮੁੱਕ ਵੈਂਦੀ ਹੈ ਮੈਂ ਆਦਰਾ ਨਾ ਦਰਿਆ ਕੋਈ ਮੁੱਕ ਲੈਣੇ ਆਏ ਜੇ ਅਸਰਾਰ ਨੂੰ ਪਾਣੀ ਦੇ ਬਿਸਮਿਲਲਾ ਸ਼ਲਾਲੀ ਦੀਆਂ ਧੀਆਂ ਰਾਦੀ ਹੋਣੇ ਇਹ ਬੇਗੈਰਤ ਤੁਰਿਆ ਉੱਥੇ ਆਏ ਜਿੱਥੇ ਹੁਰ ਮਿਲਾਈ ਆਦੇ ਹੁਰ ਮਿਲ ਬੱਚੇ ਦੀ ਕਲਾਮ ਬੰਦ ਕਰ ਫੌਜ ਬਾਗੀ ਪਈ ਹੁੰਦੀ ਹੈ ਕਿਨ ਰਹੀਮ ਸ਼ਾਹ ਲਿਆ ਇਸ ਕਮੀਨੇ ਉਹ ਤੀਰ ਚਾਹੇ ਜਿਹੜਾ ਜੰਗਾਂ ਚ ਘੋੜਿਆਂ ਨੂੰ ਮਾਰਿਆ ਹੋਇਆ ਹੈ ਕਮੀਨੇ ਆ ਕੇ ਗੋਡੀ ਲਾਈ ਹੈ ਇਸ ਤੀਰ ਕਮਾਨ ਚ ਪਾਏ ਇਹਦਾ ਤੀਰ ਢਹਿ ਪਿਆ ਵੱਤ ਪਾਏ ਤੇ ਵੱਤ ਤੀਰ ਢੱਠਾ ਕਮੀਨੇ ਪੈਰ ਦੀ ਠੋਕਰ ਮਾਰੀ ਉਮਰ ਸਾਦਾ ਦੇ ਹਜ਼ਾਰ ਤੀਰ ਅੰਦਾਜ਼ ਦਾ ਮੁਕਾਬਲਾ ਕਰਦਾ ਹੋਵੇ ਬੱਚੇ ਦੇ ਮੁਕਾਬਲੇ ਤੇ ਤੀਰ ਕਿਉਂ ਨਹੀਂ ਚੱਲਦਾ ਕਮੀਨਾ ਦੇ ਆ ਮੇਰੇ ਕੋਲ ਮੈਂ ਤੈਨੂੰ ਦੱਸਦਾ ਬੇਗੈਰਤ ਕਰੀਬ ਆਏ ਕਮੀਨਾ ਦੇ ਉਹ ਸਾਹਮਣੇ ਵੇਖ ਜਦਾਂ ਮੈਂ ਤੀਰ ਕਮਾਨ ਚ ਫਿਰਨਾ ਉਹ ਗਾਲੀ ਕਨਾਤ ਹਲ ਵੈਂਦੀ ਹੈ ਅੱਲਾ ਜਾਣੇ ਭੈਣ ਸਿਆਮਾਏ ਰੋਕਿਆ ਦੀ ਹੈ ਕਮੀਨਾ ਹਯਾ ਕਰ ਮੇਰਾ ਸਗੀਰ ਵੇ ਬਿਸਮਿਲਲਾ ਸ਼ਲਾਲੀ ਦੀ ਅਧੀ ਮੈਂ ਨੌਕਰ ਹੱਥ ਨਾ ਬੰਨੋ ਯਾਰ ਆਪਣਾ ਤੀਰ ਵੇਖ ਮੇਰਾ ਸਗੀਰ ਵੇਖ ਬਾਬਾ ਜੀ ਛੋੜ ਦੇਵਾਂ ਤੁਹਾਡੀ ਮੁਹੱਬਤ ਤੇ ਤਗਲੀ ਰਵਾਇਤ ਪੜ ਦੇ ਅੱਲਾਹ ਅਕਬਰ ਅਜ਼ਾਦਾਰ ਇਸ ਵਾਰ ਤੀਰ ਕਮਾਣ ਚ ਇਸ ਨਿਸ਼ਾਨਾ ਬਣਾਏ ਮੇਰੀ ਸੈਨ ਰੁਬਾਬ ਤੂੰ ਖੈਮੇ ਦਾ ਦਰ ਛੁੱਟ ਗਈ ਉੱਥੇ ਆਇਆ ਜਿੱਥੇ ਪੇਕਾ ਸੰਦੂਕ ਆਈ ਬਾਬਾ ਜੀ ਸੰਦੂਕ ਖੋਲੇ ਜਹੇ ਲਾਲਾ ਤੀਰ ਕਮਾਣ ਕੱਢਿਆ ਹੈ ਅਜ਼ਾਦਾਰੋ ਸਤਵੀਂ ਕਨਾਤ ਦੇ ਅੰਦਰ ਆ ਕੇ ਗੋਡੀ ਲਾਈ ਹੈ ਇਸ ਕਮੀਨੇ ਦੀ ਗਰਦਨ ਦਾ ਨਿਸ਼ਾਨਾ ਬਣਾਇਆ ਫਿਜ਼ਾ ਉਬਾਲੇ ਕਦਮ ਚਾਇਨ ਰੋਕਿਆ ਦਨ ਅਲੀ ਦੀ ਧੀ ਉਜੜ ਗਈ ਹੈ ਹੁਣ ਭਰ ਜਾਈ ਜੰਗ ਤੇ ਜੁੜ ਗਈ ਹੈ ਮੇਰੀ ਸੈਨ ਕੋ ਲਾਇਨ ਦੇਖਿਆ ਦਰ ਰੁਬਾਬ ਕੇ ਪਈ ਕਰਦੀ ਹੈ ਆਦੀ ਆਲੀਆ ਮੈਂ ਤੀਰ ਅੰਦਾਜ਼ ਪਿਓ ਦੀ ਧੀਆ ਮੈਂ ਜਾਣਦੀ ਹਾਂ ਇਹਦਾ ਨਿਸ਼ਾਨਾ ਮੇਰਾ ਅਸਗਰ ਨਹੀਂ ਤੇਰਾ ਗਰੀਬ ਫਿਰਾ ਹੈ ਬੀਬੀਆ ਦੀ ਰੁਬਾਬ ਜੋ ਮਰਜ਼ੀ ਕਰ ਲਵੇ ਪਹਿਲੇ ਮੈਨੇ ਇੱਕ ਗੱਲ ਦੱਸਾ ਦੇਖਿਆ ਦਿਨ ਆਲੀਆ ਕਿਹੜੀ ਰੋਕਿਆ ਦਿਨ ਮੈਨੇ ਇਤਨਾ ਦੱਸ ਤੂੰ ਧੀ ਕਹਿੰਦੀ ਅੱਲਾਹ ਅਕਬਰ ਦੇਖਿਆ ਦਿਨ ਮੈਂ ਅਮਰਾਵ ਕੈਸੀ ਧੀਆ ਅਲੀ ਜੀ ਧੀ ਰੁਣੀ ਹੈ ਰੋਕਿਆ ਦੀ ਮੈਂ ਡੋ ਦੇਖ ਮੈਂ ਅਲੀ ਜੈ ਬਹਾਦਰ ਦੀ ਧੀਆ ਔਰ ਤਾਤ ਜੰਗ ਵਾਜਬ ਹੁੰਦੀ ਮੇਰੇ ਅਕਬਰ ਨੂੰ ਸਾਗ ਬਿਸਮਿਲਲਾ ਬਿਸਮਿਲਲਾ ਅਲੀ ਦੀਆਂ ਧੀਆਂ ਰਾਜ਼ੀ ਹੋਣੇ ਜਿਸਲੇ ਮੈਂ ਇਸ਼ਾਰਾ ਕਰਾਂ ਤਾਂ ਝੂਲਾ ਲੈ ਹੋਇਆ ਅੱਲਾਹੁ ਅਕਬਰ ਅਜ਼ਾਦਾਰ ਇਸ ਬਗੈਰ ਤੀਰ ਮਾਰੇ ਦੋ ਮਿੰਟ ਦੀ ਹਾਜ਼ਰੀ ਰਹਿ ਗਈ ਇਸ ਦੇ ਤੀਰ ਨੇ ਬਾਬਾ ਜੀ ਦੋ ਕੰਮ ਕੀਤੇ ਇੱਕ ਅਸਗਰ ਦੇ ਗਾਲੇ 'ਚ ਲੱਗੇ ਦੂਜਾ ਗਰੀਬ ਦੀ ਬਾਹੇ 'ਚ ਲੱਗੇ ਬਾਬਾ ਜੀ ਸ਼ਬੀਰ ਦਾ ਅਸਗਰ ਬਾਜ਼ੂ 'ਤੇ ਪੇ ਵਸਤੋ ਹੌਸਲੇ ਨਾਲ ਕਿਬਲਾ ਅਜ਼ਹਰ ਹਸਨ ਜ਼ੈਦੀ ਸਾਹਿਬ ਫਰਮਾਉਂਦੇ ਹਨ ਕੋਈ ਇਤਨਾ ਵਜ਼ਨੀ ਤੀਰ ਆਈ ਅਗਰ ਗਰੀਬ ਦਾ ਬਾਜ਼ੂ ਨਾ ਆਉਂਦਾ ਜਿਹਦੇ ਤੀਰ ਵੰਜਿਆ ਉਹਦੇ ਰੁਬਾਬ ਦਾ ਸਗੀਰ ਅੱਲਾਹੁ ਅਕਬਰ ਅਜ਼ਾਦਾਰੋ ਗਰੀਬਾਂ ਦਾ ਬੰਦਾ ਮਿੱਟੀ ਤੇ ਬਹਿ ਗਈ ਮੈਂ ਜਿਵੇਂ ਤਾਰੀਖ 'ਚ ਪੜੇ ਇਤਨਾ ਔਖਾ ਅਕਬਰ ਦੀ ਲਾਸ਼ ਤੇ ਸਾਹ ਕੱਢਦੇ ਨਹੀਂ ਹੋਇਆ ਜਿਤਨਾ ਅਸਗਰ ਦਾ ਤੀਰ ਕੱਢਦੇ ਹੋਏ ਬਾਰਦਾ ਸ਼ਜੀ ਜਦੋਂ ਤੀਰ 'ਚ ਹੱਥ ਪਾਏ ਸਨ ਕੱਲਾ ਤੀਰ ਨਹੀਂ ਆਇਆ ਅਸਗਰ ਦੇ ਗਲੇ ਵਾਲੀਆਂ ਨਾੜੀ ਨਾਲ ਆਈਆਂ ਪਾਸੇ ਨਾਲੋ ਕੇ ਮਸਤੂਰ ਦੇ ਵੈਣ ਬੁਲਾਉਂਦਾ ਹੈ ਰੋਕਿਆ ਦੀ ਆਈ ਹੁਸੈਨ ਝਾਲ ਝਾਲ ਕੇ ਕੱਢੇ ਦਾਦੀਆਂ ਨੂੰ ਪੋਤਰੇ ਬੜੇ ਪੀ
ਦਾ ਗਰੀਬ ਤੀਰ ਕੱਢਿਆ ਹੈ ਪੁੱਤਰ ਨੂੰ ਚਾ ਕੇ ਖੇਮੇ ਲੈ ਆਣ ਬੀਬੀਆਂ ਪੱਥਰਾਂ ਦਾ ਮਾਤਮ ਕੀਤੇ ਆਖਰੀ ਰਵਾਇਤ ਵੈਣ ਸੈਦ ਮੈਨ ਰੁਬਾਬ ਤੇਰੀ ਮਿਹਰਬਾਨੀ ਤੂੰ ਪੁੱਤਰ ਦਿੱਤ ਇੱਕ ਏਹਸਾਨ ਕਰਬਲਾ ਦੇ ਗਰੀਬ ਤੋਂ ਹੋਰ ਕਰ ਬੀਬੀ ਆਦਨ ਹੁਣ ਹੁਸੈਨ ਕਿਹੜਾ ਇਹਸਾਨ ਸੈਦ ਆਦਨ ਕੰਮ ਦੋਏ ਮੈਂ ਇਕੱਲਾ ਅੱਲਾਹ ਅਕਬਰ ਜਿਨ੍ਹਾਂ ਨੂੰ ਸਮਝ ਆਈ ਉਹਨਾਂ ਦੀ ਹਾਏ ਨਿਕਲੀ ਯਾਰ ਕੰਮ ਦੋਏ ਮੈਂ ਇਕੱਲਾ ਬੀਬੀਆਂ ਦੀ ਹੁਸੈਨ ਕਿਹੜੇ ਕੰਮ ਹੈ ਸੈਦਾ ਦੇ ਪੁੱਤਰ ਨੂੰ ਜਾਵਣਾ ਇੱਕ ਬਾਰੀ ਬਣਾਉਣੀ ਹੈ ਰੋਕਿਆ ਦੀ ਹੁਸੈਨ ਜਿਹੜਾ ਔਖਾ ਹੀ ਮੈਨ ਛੱਡ ਬਿਸਮਿਲਾ ਬਿਸਮਿਲਾ ਸੈਦਾ ਦਾ ਤੂੰ ਪੁੱਤਰ ਚਾ ਮੈਂ ਕਬਰ ਬਣੇ ਸ਼ਬੀਰ ਕਬਰ ਬਣਾਈ ਮੇਰੇ ਮਾਂ ਪੁੱਤਰ ਲਿਟਾ ਹੈ ਛੋੜ ਦਿੱਤੇ ਮਜ਼ਮੂਨ ਪੁੱਤਰ ਲਿਟਾ ਕੇ ਪਿਓ ਤੇ ਮਾਂ ਮਿੱਟੀ ਪਾਣੀ ਸ਼ੁਰੂ ਕੀਤੀ ਪਿੜ ਰਹੀਮ ਸ਼ਾਹ ਲਿਓ ਜਦਾ ਕਮਰ ਤਾਈ ਪਹੁੰਚੇ ਨ ਮੇਰੀ ਸੈਨ ਕੰਢ ਕੀਤੀ ਹੈ ਰੋਕਿਆ ਦੀ ਹੁਸੈਨ ਤੂੰ ਜਾਣ ਤੇਰਾ ਅਸਗਰ ਜਾਣੇ ਅਜਾਦਾ ਰੋ ਗਰੀਬ ਮਿੱਟੀ ਪੈਂਦੇ ਆਏ ਜਦਾ ਗਰਦਨ ਤੇ ਪਹੁੰਚੇ ਨ ਗਰੀਬ ਭੋਗ ਰੇ ਦਬਰ ਦੇਣ ਵੱਤ ਸਕਦੇ ਨ ਵੱਤ ਬਰ ਦੇਣ ਵੱਤ ਸਕਦੇ ਨ ਤੇ ਆਸਮਾਨ ਦਰ ਮੋ ਕੀਤਾ ਰੋਕਿਆ ਦਾ ਮੰਡਾਲਾ ਰੇਤ ਗਰਮੇ ਇਹਦੇ ਨੁਕਸਾਰ ਨਦਾ ਬਿਸਮਿਲਾ ਬਿਸਮਿਲਾ ਬਾਬਾ ਜੀ ਕਬਰ ਬਣਾ ਛੋੜੀ ਪਿੰਡ ਰਹੀਮ ਸ਼ਾਹ ਨਿਸ਼ਾਨ ਮਿਟਾ ਛੱਡੇ ਜਿਨ੍ਹਾਂ ਵਹਿਣਾ ਵਾਸਤੇ ਬਾਬਾ ਜੀ ਇਤਨੀ ਮਿਹਨਤ ਕੀਤੀ ਕਰਬਲਾ ਦੀ ਜੰਗ ਮੁੱਕ ਗਈ 13 ਜ਼ਰਬਾਂ ਚੱਲ ਗਈਆਂ ਅਲੀ ਦੀਆਂ ਧੀਆਂ ਦੇ ਖੈਮੇ ਲੁੱਟੀ ਗਏ ਇਹਨਾਂ ਬੇਗੈਰਤਾਂ ਸਰ ਲਾਏ ਨੇ ਇਹਨਾਂ ਸਰਾਂ ਦੀ ਗਿਣਤੀ ਕੀਤੀ ਹੈ ਬੇਗੈਰਤਾਂ ਦੇ ਨਾ ਇੱਕ ਸਰ ਘਾਟੇ ਪਿੰਡ ਰਹੀਮ ਸ਼ਾਹ ਲਿਓ ਕਮੀਨਿਆਂ ਦਿਨ ਕਹਿੰਦਾ ਉਮਰ ਸਾਦਾ ਦੇ ਮੈਂ ਆਪ ਵੇਦਾ ਕਮੀਨਾ ਦੇ ਅਸਗਰ ਦਾ ਸਰ ਘਟੇ ਇੱਕ ਬੇਗੈਰਾ ਤਾਦੇ ਵੱਡੇ ਦਰਿਆ ਸ਼ਬੀਰ ਖੈਮੇ ਦੀ ਓੜ ਚ ਕਬਰ ਵਦਾ ਬੜੇ ਦਾਈ ਕਮੀਨਾ ਦੇ ਤੂੰ ਪਿੱਛੇ ਹਟ ਪਹਿਲੇ ਹੋਰ ਮਿਲ ਬੁਲਾ ਅਦਾ ਦਰ ਹੋਰ ਮਿਲਾਏ ਬੇਗੈਰਾ ਤਾਦੇ 40 ਘੋੜੇ ਸਵਾਰ ਨਾਲ ਲੈ ਜਿਨ੍ਹਾਂ ਦੇ ਹੱਥਾਂ ਚ ਨੇਜ਼ੇ ਹੋਵੇ ਨਾ ਕਰਬਲਾ ਦੀ ਜ਼ਮੀਨ ਤਾਂ ਮਰੇਂਦੇ ਜਾਵੇ ਜਿੱਥੇ ਰੁਬਾਬ ਦਾ ਫੁੱਲ ਸੀ ਬਾਹਰ ਆਵੇ ਸੀ ਅਦਾਦਾਰ ਹੋ ਗਿਆ ਆਵਾਜ਼ ਮੇਰੇ ਇਮਾਮ ਤੱਕ ਪਹੁੰਚੀਏ ਚੌਥਾ ਇਮਾਮ ਉੱਠੇ ਨਾ ਤੇ ਰੋ ਕੇ ਪਿਆ ਦੇ ਨਾ ਮੈਂ ਰਾਤ ਵਾਂਝ ਰੋਸਾ ਸ਼ਾਮ ਦੇ ਵੇਚ ਤੇ ਮੈਂ ਕੌਣ ਨਾ ਕੌਣ ਰੁਆ ਮੈਂ ਜਾ ਬਾਕਰ ਬਚੜਾ ਹਾਜ਼ਰ ਹੈ ਉਹ ਇਨ ਬੇਸ਼ੱਕ ਸਾਂਗ ਤੇ ਇਮਾਮ ਦੇ ਵੈਨ ਉਹ ਦਿਨ ਰੋਕਿਆ ਦੇ ਨਾ ਅਕਬਰ ਪਟੋ ਮੇਰੇ ਵੀਰ ਸਗਰ ਕਰੋ ਮਾਤਮ ਅਲੀ ਦੀਆਂ ਦੇ ਅਜਾਦਾਰੋ ਇੱਕ ਬੇਗੈਰਤ ਮਿਲਦਾ ਮਾਰੇ ਬਾਬਾ ਜੀ ਕੱਲਾ ਮਿਲਦਾ ਨਹੀਂ ਆਇਆ ਮੇਲ ਦੇ ਵਿੱਚੋਂ ਇੱਕ ਰੁਬਾਬ ਦਾ ਅਸਗਰ ਆਇਆ ਤੇ ਮੰਦਰ ਕਿਹੜਾ ਇੱਕ ਲਾਸ਼ ਬੈਠੀ ਵਿੱਚ ਘਰ ਵੱਲ ਦੇ ਜਾਂਦੇ ਮੂੰਹ ਚੋਂ ਖੀਰ ਪਵਾਦਾ ਕਰੋ ਮਾਤਮ ਅਜੇ ਨਹੀਂ ਲੈ ਆਉਣਾ ਅਜੇ ਨਹੀਂ ਲੈ ਆਉਣਾ ਜਿਸ ਵੇਲੇ ਮੈਂ ਆਖਾਂ ਉਸ ਵੇਲੇ ਲੈ ਆਉਣਾ ਅਜਾਦਾ ਰੋਂਦੇ ਕਿਉਂ ਵਧਿਆ ਇਹ ਅੱਤ ਦਰਦ ਖਾ ਗਿਆ ਇੱਕ ਕੰਮ ਸੇ ਨਾ ਲਾਸ਼ ਦੇਖੀ ਕਰ ਬਾਲਾ ਜਾਂਦੇ ਮੂੰਹ ਚੋਂ ਖੀਰ ਪਵਾਦਾ ਆਈ ਬਹੁ ਬੇਦਰਦੀ ਨਾਲ ਇੱਕ ਦਾਲ ਮਾਰ ਅਤੇ ਲਾਸ਼ ਤੋਂ ਸਰ ਪਿਆਲਾ ਅਲਮਾਨ ਅਲੀ ਦੀਆਂ ਧੀਆਂ ਰਾਜ਼ੀਆਂ ਨੇ ਮਾਲਿਕ ਦੁਨੀਆ ਦੇ ਕਹੇਗਾ ਮੈਂ ਚਨਰ ਵਾਨੇ ਹੁਣ ਲੈ ਆਓ ਮੈਂ ਅਗਲਾ ਬੈਣ ਕਰਾਂ ਅਜਾਦਾਰ ਮਾਤਮੀ ਉਹ ਮੰਜ਼ਰ ਕਿਹੜਾ ਏ ਮਾਲਾ ਚੁੱਕੋ ਜਾ ਕੇ ਰੋਂਦੀ ਆਈ ਪਿਓ ਹੱਥ ਨਾਲ ਕਬਰ ਬਣਦਾ ਤੇ ਕਿਆਮਤ ਦਾ ਮੰਜ਼ਰ ਆਈ ਆਈ ਰੇਤ ਗਰਮ ਪਿਓ ਕੰਢ ਕਰਕੇ ਮਾਸੂਮ ਦੀ ਮਈਅਤ ਤੇ ਪੈਰ ਕਰੋ ਮਾਤਮ ਮੈਂ ਨੌਕਰ ਮੈਂ ਲਗਦ ਪਾਦਾ ਮੈਂ ਲਗਦ ਪਾਦਾ ਮੈਂ ਮੁਕਾਣੀ ਜੁਆ ਮਕਸਦ ਰੋਵਾ ਨਾਲ ਮਾਲਾ ਚੁੱਕ ਜਾ ਕੇ ਰੋਂਦੀ ਆਈ ਪਿਓ ਹੱਥ ਨਾਲ ਕਬਰ ਬਣਦਾ ਆਈ ਰੇਤ ਗਰਮ ਪਿਓ ਕੰਮ ਸੇਨ ਦਾ ਕਾਂਡ ਕਰਕੇ ਲਾਸ਼ ਤੇ ਪੈਂਦਾ ਅੱਲਾ ਅੱਲਾ ਮੈਂ ਲੱਖ ਦਫਾ ਦਾ ਮਕਸਦ ਜਰੋਂ ਨਾਲ ਅਲੀ ਦੀਆਂ ਧੀਆਂ ਰਾਧੀਆਂ ਨੇ ਰੋਂਦੇ ਕਿਉਂ ਵਧਿਆ ਮਾਲਾ ਚੁੱਕ ਜਾ ਕੇ ਰੋਂਦੀ ਆਈ ਪਿਓ ਹੱਥ ਨਾਲ ਕ
ਕਬਰ ਬਣਦਾ ਆਈ ਰੇਤ ਗਰਮ ਪਿਓ ਕਮ ਸਿਨਦਾ ਕੰਡ ਕਰਕੇ ਮਈਅਤ ਤੇ ਪੈਂਦਾ ਰੋਂਦੇ ਕਿਉਂ ਨਹੀਂ ਭੁੱਲਣਾ ਪੁੱਤਰ ਦੀ ਲਾਸ਼ ਉੱਤੇ ਕਦੀ ਉੱਠਦਾ ਤੇ ਵਲ ਬਹਿੰਦਾ ਜੀ ਮੈਂ ਨੌਕਰਾਂ ਮੈਂ ਤਾਂ ਅਗਲਾ ਵੈਣ ਛੋੜੀ ਵੈਂਦਾ ਬਾਜਬ ਦੱਸਿਆ ਜੀ ਮੋਮਨਾ ਬਰਦਾਸ਼ਤ ਕੋਈ ਨਹੀਂ ਕਰਨਾ ਤੇ ਮੰਦਰ ਕਿਹੜਾਈ ਮੈਂਡੀ ਸੈਣ ਰਬਾਬ ਦੇ ਬਚੜੇ ਕੋ ਤ੍ਰੈ ਵਾਰੀ ਕਤਲ ਕਰਦੇ ਰਹਿ ਪਹਿਲੇ ਤੀਰ ਮਾਰਾ ਵਤਨ ਦੇ ਆਏ ਲਾਸ਼ ਮਾਸੂਮ ਦੀ